ਓਕੇ ਗਾਈਸ, ਕੀ ਹਾਲ ਚਾਲ? ਸਭ ਤੋਂ ਸਾਰੇ ਵਧੀਆ ਹੋਵੋਗੇ। ਦੀਵਾਨੇ ਅਸੀਸ ਸਿੰਘ ਅਨਰੈਡ, ਠੀਕ ਹੈ ਜੀ। ਅਨਰੈਡ ਈਪੀ ਦਾ ਨਾਮ ਹੈ। ਮਿਊਜ਼ਿਕ ਬਾਏ ਸਾਈਟ ਓਪੀ, ਇੰਜੀਨੀਅਰ ਬਾਏ ਬੀਟ ਬੋਏ ਦੀਪ, ਵਿਜੂਅਲ ਹਰਮਨ ਸੇਖੋਂ, ਫੀਮੇਲ ਲੀਡ ਜਸਕਰਨ ਗਰਿਆਲ, ਕਵਰ ਆਰਟ ਕਰਾਕੇਨ ਕਹਿ ਸਕਦੇ ਹਾਂ, ਠੀਕ ਹੈ। ਇੱਦਾਂ ਕਰਕੇ ਜੇ ਮੈਂ ਗਲਤ ਬੋਲਿਆ ਤਾਂ ਮਾਫ਼ ਕਰਿਓ ਜੀ ਪ੍ਰੋਨਾਸੀਏਸ਼ਨ। ਕਨੇਡਾ ਵਾਲੇ ਨੇ ਹੈ। ਓਕੇ, ਪੈਨਿੰਗ ਟੁੱਟਾ ਤਾਰਾ ਇੱਕ ਖੜਿਆ ਏ, ਕਹਿੰਦਾ ਮੰਗ ਲੈ ਕੀ ਹਰਿਆ ਏ, ਮੁੱਲਾਂ ਤੇ ਹਾਸਾ ਜ਼ਿਆਦਾ ਲੱਗਦਾ, ਕਿੰਨਾ ਕੁ ਦੁੱਖ ਜਰਿਆ ਏ, ਤੇਰੇ ਲਈ ਤੋੜਿਆ ਫੁੱਲ ਸੀ ਇੱਕ ਮੈਂ, ਉਹ ਵੀ ਮਾਰਦਾ ਏ ਤਾਨੇ, ਤੇਰੇ ਸੀ ਦੀਵਾਨੇ ਅਸੀਂ ਲੱਗਦੇ ਬੇਗਾਨੇ, ਜਾਂਦੀ ਵਾਰੀ ਸੱਚ ਬੋਲ ਜਾਂਦੀ ਤੂੰ ਤੇ ਬਦਲੇ ਬਹਾਨੇ, ਤੇਰੇ ਸੀ ਦੀਵਾਨੇ ਅਸੀਂ ਲੱਗਦੇ ਬੇਗਾਨੇ, ਕਰਿਆ ਸੀ ਮੈਸੇਜ ਇੱਕ ਮੈਂ ਪੜਿਆ ਕੇ ਨਹੀਂ, ਫੋਨ ਉਹਦੇ ਕਰਿਆ ਸੀ ਇੱਕ ਮੈਸੇਜ, ਕਹਿੰਦਾ ਪੜਿਆ ਕੇ ਨਹੀਂ, ਦੱਸੋ। ਓਏ ਹੋਏ ਹੋਏ, ਤੂੰ ਚੋਰੀ ਵੇਖੇ ਉਹ ਲੜਿਆ ਕੇ ਨਹੀਂ, ਡਿੱਗਦੇ ਤੇਰੇ ਹੰਝੂ ਵੇਖ ਕੇ ਉਹ ਖੜਿਆ ਕੇ ਨਹੀਂ, ਮੇਰਾ ਨਾਂ ਭੁੱਲ ਗਈ ਐ ਉਹਨੂੰ ਕੀ ਆਖੇ ਜਾਣੇ, ਤੇਰੇ ਸੀ ਦੀਵਾਨੇ ਮੇਰਾ ਨਾਂ ਭੁੱਲ ਗਈ ਐ ਉਹਨੂੰ ਕੀ ਆਖੇ ਜਾਣੇ। ਆਏ ਹਾਏ 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 ਹਾਏ, ਇਹ ਤਾਂ ਦਿਲ ਦੀਆਂ ਗੱਲਾਂ ਕਰ ਰਿਹਾ ਹੈ। ਆਨੇ ਅਸੀਂ ਲੱਗਦੇ ਬੇਗਾਨੇ, ਜਾਂਦੀ ਵਾਰੀ ਸੱਚ ਬੋਲ ਜਾਂਦੀ ਤੂੰ ਤੇ ਬਦਲੇ ਬਹਾਨੇ, ਤੇਰੇ ਸੀ ਦੀਵਾਨੇ ਤੇਰੇ ਸੀ ਦੀਵਾਨੇ, ਵੈਸੇ ਤਾਂ ਇਹ ਠੀਕ ਵੇ ਦੋ ਕੁੱਟ ਲੱਗਦੇ ਆਖੇ ਡੋਲ ਜਾਂਦੀ, ਜੇ ਤੇ ਤੂੰ ਮੈਂ ਓਲਾ ਰੱਖਦਾ ਰਾਜ਼ ਤੇਰੇ ਸਭ ਖੋਲ ਜਾਂਦੀ, ਇਸ਼ਕੇ ਦੇ ਰਾਹ ਨਹੀਂ ਜਾਂਦੇ ਤੂੰ ਜੇ ਤੇ ਜੇ ਦੇ ਕੋਲ ਜਾਂਦੀ, ਕਿੰਨੇ ਤੇਰੇ ਚਿਹਰੇ ਵੇ ਕੋਈ ਵੀ ਨਾ ਜਾਣੇ, ਤੇਰੇ ਸੀ ਦੀਵਾਨੇ ਅਸੀਂ ਲੱਗਦੇ ਬੇਗਾਨੇ, ਜਾਂਦੀ ਵਾਰੀ ਸੱਚ ਬੋਲ ਜਾਂਦੀ ਤੂੰ ਤੇ ਬਦਲੇ ਬਹਾਨੇ। ਇੱਕ ਗੱਲ ਯਾਦ ਰੱਖਿਓ, ਮਤਲਬ ਨਾ ਇੱਕ ਗੱਲ ਅਕਸਰ ਮੈਂ ਵੀ ਕਹਿੰਦਾ ਰਿਹਾ ਹਾਂ, ਤੁਸੀਂ ਵੀ ਇਹ ਗੱਲ ਕਹਿਣੀ ਆ, ਅਗਲੇ ਨੇ ਮੰਨਣੀ ਹੋਈ ਮੰਨ ਲਊ, ਨਹੀਂ ਮੰਨਣੀ ਨਾ ਮੰਨੂ, ਸਾਡੇ ਨਾਲ ਤਾਂ ਨਹੀਂ ਮੰਨੀ। ਆਪਾਂ ਤਾਂ ਇੱਕ ਗੱਲ ਕਹੀ ਸੀ, ਇੱਧਣ ਜਾਣਾ ਹੋਇਆ ਕਹਿ ਕੇ ਜਾਈ, ਝੂਠ ਬੋਲ ਕੇ ਨਾ ਜਾਈ, ਠੀਕ ਆ। ਮਤਲਬ ਝੂਠ ਬੋਲ ਕੇ ਇਨ ਦਾ ਸੈਂਸ ਕਿ ਧੋਖਾ ਦੇ ਕੇ ਨਾ ਜਾਈ। ਐਂਡ ਸਟਿਲ ਕਈ ਲੋਕਾਂ ਦੇ ਅੰਦਰ ਹੀ ਧੋਖਾ ਹੁੰਦਾ, ਉਹ ਦੱਸ ਕੇ ਜਾ ਹੀ ਨਹੀਂ ਪਾਉਂਦੇ, ਉਹਨਾਂ ਨੂੰ ਐਂ ਲੱਗਦਾ ਸਾਡੀ ਚੋਰੀ ਲੁਕੀ ਰਹੂਗੀ। ਅਸੀਸ ਬਿਨਾ ਬਦਨਾਮ ਹੈ ਸਾਡਾ ਦਿਨ ਚੜ੍ਹਦਾ ਨਾ ਸ਼ਾਮ ਹੈ, ਉਹ ਇਸ਼ਕ ਵਾਲੀਆਂ ਗਲੀਆਂ ਵਿੱਚ ਤੇਰਾ ਨਾਮ ਵੀ ਲੈਣਾ ਹਰਾਮ ਹੈ, ਉਹ ਇਸ਼ਕ ਵਾਲੀਆਂ ਗਲੀਆਂ ਜਿਸ ਤਰ੍ਹਾਂ ਨਾਂ ਵੀ ਲੈਣਾ ਹਰਾਮ ਹੈ, ਹਰਾਮ ਤੇਰਾ ਨਾਮ ਵੀ ਲੈਣਾ ਹਰਾਮ ਹੈ, ਜਾਂ ਸਾੜ ਤੇ ਉਹ ਫਰਮਾਨੇ, ਤੈਨੂੰ ਚੰਗਾ ਸੀ ਜੋ ਦਿਖਾਉਂਦੇ ਉਹ ਤੈਨੂੰ ਧੋਖਾ ਕਰਦੇ ਆ, ਦੁਨੀਆ ਦੇ ਨਾਲ ਹੋ ਗਏ ਕਿੰਨੇ ਜ਼ਮਾਨੇ, ਤੇਰੇ ਸੀ ਦੀਵਾਨੇ ਅਸੀਂ
ਲੱਗਦੇ ਬੇਗਾਨੇ ਜਾਂਦੀ ਵਾਰੀ ਸੱਚ ਬੋਲ ਜਾਂਦੀ ਤੂੰ ਤੇ ਬਦਲੇ ਬਹਾਨੇ ਤੇਰੇ ਸੀ ਦੀਵਾਨੇ ਅਸੀਂ ਤੇਰੇ ਸੀ ਦੀਵਾਨੇ ਅਸੀਸ ਬਹੁਤ ਪਿਆਰੀ ਚੀਜ਼ ਕਰੀ ਹੈ ਯਾਰ ਬਹੁਤ ਪਿਆਰੀ ਚੀਜ਼ ਲੱਗੀ ਮੈਨੂੰ ਲਿਟਰਲੀ ਆਈ ਲਵਡ ਇਟ ਠੀਕ ਆ ਐਨ ਬਹੁਤ ਦੁੱਖ ਹੁੰਦਾ ਇੱਦਾਂ ਦੇ ਗਾਣਿਆਂ ਨੂੰ ਅੱਗੇ ਪਹੁੰਚਾਉਣ 'ਤੇ ਟਾਈਮ ਲੱਗ ਜਾਂਦਾ ਮਿਹਨਤ ਲੱਗਦੀ ਆਰਟਿਸਟਾਂ ਦੀ ਗਾਣਾ ਬਹੁਤ ਵਧੀਆ ਗਾ ਇਸ ਆਈ ਹੋਪ ਤੁਸੀਂ ਜਾਣੇ ਜਿੰਨੇ ਵੀ ਦੇਖੋਗੇ ਰਿਐਕਸ਼ਨ ਜਾ ਕੇ ਜ਼ਰੂਰ ਦੇਖੋਗੇ ਅਸੀਸ ਬਾਈ ਦਾ ਚੈਨਲ ਖੋਲ੍ਹੋਗੇ ਬਾਈ ਦੀ ਪੂਰੀ ਈ ਪੀ ਰਿਲੀਜ਼ ਹੋਈ ਆ ਆਪਾਂ ਪੂਰੀ ਈ ਪੀ ਦੇ ਰਿਐਕਸ਼ਨ ਕਰਾਂਗੇ ਆਪਣਾ ਭਰਾ ਆ ਠੀਕ ਆ ਅਤੇ ਬਹੁਤ ਪਿਆਰਾ ਕੰਮ ਕਰ ਰਿਹਾ ਬਾਈ ਬਹੁਤ ਹੀ ਪਿਆਰਾ ਕੰਮ ਕਰ ਰਿਹਾ ਤੁਸੀਂ ਗਾਣਾ ਸੁਣ ਲਿਆ ਸਾਰਾ ਐਂਡ ਆਈ ਡੋਂਟ ਥਿੰਕ ਸੋ ਕਿ ਮੈਨੂੰ ਕੁਛ ਐਕਸਪਲੇਨ ਕਰਨ ਦੀ ਲੋੜ ਆ ਬਹੁਤ ਸਰਲ ਸ਼ਬਦ ਸਿੰਪਲ ਸ਼ਬਦਾਂ ਵਿੱਚ ਬਹੁਤ ਤਰੀਕੇ ਨਾਲ ਆਪਣੀ ਐਕਸ ਨਾਲ ਬਾਈ ਨੇ ਗੱਲ ਕੀਤੀ ਆ ਠੀਕ ਆ ਸੋ ਨਾਈਸ ਯਾਰ ਬਹੁਤ ਸੀਰੀਅਸਲੀ ਨਾਈਸ ਲਾਈਕ ਲਵਡ ਯੋਰ ਮਿਊਜ਼ਿਕ ਬਹੁਤ ਹੀ ਪਿਆਰਾ ਕੰਮ ਕੀਤਾ ਸਾਰੀ ਟੀਮ ਨੇ ਸਤਿ ਸ਼੍ਰੀ ਅਕਾਲ